मैं नरेंद्र सिंह, तुसी देख रहे हो करंट न्यूज़ टीवी प्रोग्राम पेंडू विरसा। अज असी खड़े हाँ संगरूर पिंड जिले के एक पिंड जिथों का दसिया जाता है कि 5 सदियां पुराना इत्थे दा इतिहास है। तो जिदा कि कुंभ का मेला 12 साल बाद आता है, उस तरह यह पिंड भी है जिदे 12 साल बाद पिंड के लोग ने जोड़े पिंड चो बाहर जाते हैं वापस पिंड के अंदर आते हैं। कहण का भाव पिंड उजड़ के वसया जाता है। इतिहासक पक्ष तो देखिए तो इस पिंड दे विच जिहड़ी पिंड दे लोकां नाल गलबात कीती तां उत्थों पता लग्गिया कि इस पिंड दे विच रंधावा गोत नाल संबंधित बाबा मोहकम जी सीगे, जो अपना परिवार गड्डियां दे विच समान लैके वसण लई जा रहे सी। अचानक उहनां दे गड्डे दी धुर टुट गई इस पिंड दे विच आ के, ते उहनां नूं इत्थे दा माहौल वधिया लग्गिया। उहनां दे पिंड भरावां ने कहा कि असीं गड्डा ठीक कर लैणा, तुसीं साडे नाल चलो, बट बाबा मोहकम जी सीगे जिहड़े उन्होंने मना कर दिता अते कहा कि मैं इत्थे ही वसना, तो इत्थे वसण का फैसला कर लिया। तो इस चीज़ तो उन्होंने भरावां ने गुस्से हो के उन्होंने शराप दिता कि यह पिंड 12 साल बाद उजड़ के वसया करेगा। तो परंपरा के अनुसार जो 12 साल होए तो बाबा मोहकम जी ने अपना समान गड्डियां ते लद के पिंडों बाहर गए तो वापस पिंड दे विच वसदे ने। ਇਹ ਪ੍ਰੋਗਰਾਮ 12 ਸਾਲ ਬਾਅਦ ਆਉਂਦਾ ਅਤੇ ਬੜੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਜਾਂਦਾ। ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਪਿੰਡ ਦੇ ਘਰ ਵਿੱਚ ਟੈਂਟ ਲਗਾਏ ਗਏ ਨੇ, ਹਲਵਾਈ ਬਿਠਾਏ ਗਏ ਨੇ, ਜਿੱਦਾਂ ਵਿਆਹ ਦਾ ਮਾਹੌਲ ਹੁੰਦਾ ਹਰ ਘਰ ਦੇ ਵਿੱਚ ਇੱਦਾਂ ਦਾ ਹੀ ਮਾਹੌਲ ਦੇਖਣ ਨੂੰ ਮਿਲਦਾ। ਅਤੇ ਬਹੁਤ ਇਤਿਹਾਸਿਕ ਪਰੰਪਰਾ ਹੈ, ਗੱਡਿਆਂ ਦੀ ਜਗ੍ਹਾ ਅੱਜ ਗੱਡੀਆਂ ਨੇ ਲੈ ਲਈਆਂ, ਅਤੇ ਪਰ ਜਿਹੜੀ ਉਹ 500 ਸਾਲ ਪੁਰਾਣੀ ਸੱਭਿਆਚਾਰਕ ਰੀਤ ਹੈ ਉਹ ਅੱਜ ਵੀ ਇਸ ਪਿੰਡ ਦੇ ਵਿੱਚ ਬਰਕਰਾਰ ਹੈ। ਅਤੇ ਦੂਰੋਂ ਦੂਰੋਂ ਲੋਕ ਦੇਖਣ ਵੀ ਆਉਂਦੇ ਨੇ ਇਸ ਚੀਜ਼ ਨੂੰ ਕਿ 12 ਸਾਲ ਬਾਅਦ ਜਿਹੜਾ ਇਹ ਮੇਲਾ ਲੱਗਦਾ ਪਿੰਡ 'ਚ। ਕੋਈ ਅਜਿਹੇ ਵੀ ਲੋਕ ਦੇਖਣ ਨੂੰ ਮਿਲੇ ਜਿਨ੍ਹਾਂ ਨੇ ਇਹ ਮੇਲਾ ਸਿਰਫ ਦੂਜੀ ਵਾਰ ਦੇਖਿਆ, ਭਾਵ 24 ਤੋਂ 25 ਸਾਲ ਦੀ ਉਮਰ ਵਿੱਚ ਮੇਲਾ ਦੁਬਾਰਾ ਦੇਖ ਰਹੇ ਨੇ। ਤਾਂ ਬਹੁਤ ਹੀ ਇੱਕ ਸਾਡੇ ਵਿਰਸੇ ਨਾਲ ਜੁੜੀ ਹੋਈ ਗੱਲ ਹੈ ਅਤੇ ਦੇਖਣ ਵਾਲੀ ਚੀਜ਼ ਹੈ। ਤਾਂ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ। ਮੈਂ ਨਰਿੰਦਰ ਸਿੰਘ, ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਪੇਂਡੂ ਵਿਰਸਾ। ਧੰਨਵਾਦ। ਸਾਡੇ ਇਹ ਰੰਧਾਵਾ ਗੁੱਤ ਦੇ 3 ਬਜ਼ੁਰਗ ਕਿਤੋਂ ਆਏ ਤੇ ਜੀ ਗੱਡਿਆਂ ਇੱਕ ਬਜ਼ੁਰਗ ਦਾ ਗੱਡੇ ਦੀ ਧੁਰ ਟੁੱਟ ਗਈ। ਉਹ ਕਹਿੰਦੇ ਵੀ ਮੈਂ ਵੀ ਗੱਡਾ ਸਮਾਰ ਕੇ ਲੈ ਕੇ ਆਉਣਾ ਦੂਜੇ ਨਾਲ ਦਿਆਂ ਨੂੰ, ਕਹਿੰਦਾ ਵੀ ਤੁਸੀਂ ਚਲੋ ਚਲੋ। ਫਿਰ ਇਹ ਬਾਬਾ ਜੀ ਦੇਖੀ ਬਜ਼ੁਰਗ ਜਗ੍ਹਾ ਮਿਲ ਗਈ, ਇਹਨਾਂ ਨੇ ਪਿੰਡ ਵਸਾ ਲਿਆ। ਇਹ ਚੀਜ਼ ਸੋਚ ਲਈ ਪਿੰਡ ਵਸਾਉਣ ਵਾਸਤੇ। ਅਤੇ ਦੂਜੇ ਆ ਕੇ ਕਹਿੰਦੇ ਵੀ ਤੂੰ ਚੱਲਿਆ ਨਹੀਂ ਹੈਗਾ, ਕਹਿੰਦਾ ਵੀ ਮੈਂ ਇੰਨਾ ਕੁਛ ਮੈਂ ਤਾਂ ਨਹੀਂ। ਫਿਰ ਉਹਨਾਂ ਨੇ ਜਾਣੀ ਸ਼ਰਾਫ ਮੰਗੀ ਦੇ 12 ਸਾਲ ਬਾਅਦ ਤੁਸੀਂ ਵੀ ਇਹ ਪਿੰਡ ਉਜੜ ਕੇ ਦੱਸਿਆ। ਹੁਣ ਉਹੀ ਪਰੰਪਰਾ ਜਾ ਕੇ ਬੱਚਿਆਂ ਦੀ ਜਿਹੜੇ 12 ਸਾਲ ਤੋਂ ਘੱਟ ਉਮਰ ਦੇ ਹੁੰਦੇ ਨੇ ਉਹਨਾਂ ਦੀ ਸੁੱਖ ਲੱਗੀ ਹੈ ਜਿਹੜੇ 12 ਸਾਲ ਦੇ ਵਿੱਚ ਵਿੱਚ ਜਾਂਦੇ। ਕਿੰਨੇ ਦਿਨ ਚੱਲਦਾ ਜਿਹੜਾ ਮੇਲਾ ਹੁੰਦਾ? ਇਹ ਹੁੰਦਾ ਤਾਂ ਅੱਜ ਹੈ ਇੱਕ ਦਿਨ ਦੇ ਜਾਣੀ ਚੱਲ ਤਾਂ 3 ਮਹੀਨੇ ਦੀ ਸਾਫ ਸਫਾਈ ਜਾਣੀ ਚੱਲਦੇ ਨੇ। ਦਿਨ ਕਢਾਉਂਦੇ ਨੇ 3 ਮਹੀਨੇ ਪਹਿਲਾਂ ਦਿਨ ਕਢਾਇਆ ਹੋਇਆ ਹੈ, ਜਿਹੜਾ ਦਿਨ ਨਿਕਲਦਾ ਉਸੇ ਦਿਨ ਸੁੱਖ ਲੱਗਦੀ ਹੈ। ਸੁੱਖ ਕਿੰਨੇ ਚਿਰ ਦੀ ਬੱਚੇ ਦੀ ਲੱਗਦੀ ਹੋਵੇ? 12 ਸਾਲ ਤੋਂ ਜਿਹੜੇ ਖੇਡੋ ਪਿੰਡ ਦੇ ਵਿੱਚ ਦਾ ਮਾਹੌਲ ਹੈ, ਵਿਆਹ ਵਰਗਾ ਬਣਿਆ ਹੋਇਆ ਮੇਰੇ ਘਰ ਦੇ ਵਿੱਚ। ਹਾਂਜੀ, ਫਿਰ ਪਹਿਲਾਂ ਤਾਂ ਇਕੱਲੇ ਰਹਿੰਦਾ पूरे 12 साल बाद आया जी। 12 साल बाद मत्था टेकना ही, इतना अज हूं 12 साल पूरे हो गए, अज आया जगह
इत्थे जिहड़ी पिछली रीत चली आ रही है जी ओह कोई महापुरश जांदे ते इत्थों दी नंघे गंगा नगर तों चल के आए ते मैं भी आ इतिहास पढ़ के आया ओह कहिंदे इत्थे आ के ओह कई जणे ते इक जिहड़ा वड्डा सी उहनां दा बजुर्ग ओहदा कोई नुकसान हो गया गड्ढे लई आउंदे ते ओह दूए कहिंदे असीं तां चलदे आ ओह कहिंदा भई नहीं मैं तां इत्थे ही रहूं कहिंदा भी 12 सालां बाद तुहाडा इह नुकसान होया करूं ਵੀ ਉਦੋਂ ਬਾਅਦ ਉਹਦੇ 'ਤੇ 12 ਸਾਲ ਉਹਦੇ 'ਤੇ ਗਰਾਉ ਹੀ ਰਹਿਣਾ ਬੰਦੇ 'ਤੇ ਵੀ ਫਿਰ ਇਹ ਆਪਦਾ ਸਾਰਾ ਸਮਾਨ ਗੱਡਿਆਂ 'ਚ ਪਾ ਕੇ ਪਿਛਲੀ ਰੀਤ ਦੀ ਜਿਵੇਂ ਉਹ ਲੈ ਕੇ ਆਉਂਦੇ 'ਤੇ ਜੀ ਚੁੱਲ੍ਹੇ ਦਾ ਸਮਾਨ ਜਿਵੇਂ ਤਵਾ ਖੋਚਣਾ ਹੋ ਗਿਆ ਜਾਂ ਬੇਲਣਾ ਹੋ ਗਿਆ ਇਹੋ ਜਿਹਾ ਕੁਛ ਮਧਾਣੀ ਮੁਧਣੀ ਵਗੈਰਾ ਆਹ ਟੋਕਰਿਆਂ 'ਚ ਲੈ ਆਉਂਦੇ ਨੇ ਅੱਜ ਕੱਲ੍ਹ ਅਤੇ ਇਹ ਲਿਆ ਕੇ ਫਿਰ ਇੱਥੇ ਮੱਥਾ ਟੇਕਦੇ ਨੇ ਫਿਰ 12 ਸਾਲਾਂ ਬਾਅਦ ਜਿਹੜੇ ਬੱਚਾ ਹੁੰਦਾ ਉਹਦੀ ਫਿਰ ਝੰਡ ਲਾਉਂਦੇ ਨੇ ਜੀ ਇੱਥੇ ਆ ਕੇ ਹਾਂ ਹੁਣ ਜਿਹੜਾ 12 ਸਾਲਾਂ ਤੋਂ ਬਾਅਦ ਬੱਚਾ ਉਹਦੀ ਫਿਰ ਝੰਡ ਇੱਥੇ ਲਾਉ ਜਿਹੜੇ ਉਦੋਂ ਦੇ ਬੱਚੇ ਜਾਣੇ ਇਹਨੇ 12 ਸਾਲ ਤੋਂ ਉਹਨਾਂ ਦੀ ਅੱਜ ਝੰਡ ਲੈ ਰਹੀ ਹੈ ਅਤੇ ਮੱਥੇ ਟਿਕਦਾ ਇਹ ਰੀਤ ਪਿਛਲੀ ਚੱਲੀ ਆ ਰਹੀ ਆ ਜੀ ਇਹ ਰੰਧਾਵਾ ਗੋਤ ਦੀ ਆ ਇਹ ਹਾਂ ਔਰ ਰੰਧਾਵਾ ਗੋਤ ਨਾਲ ਸੰਬੰਧਿਤ ਤੇ ਉਹ ਕਈ ਨਗਰਾਂ ਦੇ ਵਿੱਚ ਵੀ ਹੁੰਦੇ ਆਏ ਨੇ ਜੀ ਇੱਥੇ ਆ ਕੇ ਕਹਿੰਦੇ ਫਿਰ ਵੀ ਉਹਨਾਂ ਦਾ ਨੁਕਸਾਨ ਹੋਇਆ ਉਹ ਕਹਿੰਦਾ ਮੈਂ ਤਾਂ ਉੱਥੇ ਰਹੂੰ ਉਹ ਬਜ਼ੁਰਗ ਕਹਿੰਦਾ ਸ਼ਿੰਗਾਰ ਨੇ ਮੋਤੀ ਦੀਆਂ ਲੜੀਆਂ ਘਰ ਦੇ ਵਿੱਚ ਸ਼ਿੰਗਾਰ ਨੇ।